23 मार्च नूं शहीद भगत सिंह दा शहीदी दिहाड़ा मनाया जा रहा है, पर संयुक्त मोर्चे वालों दिल्ली दे बॉर्डर ते यह दिहाड़ा बड़ी धूमधाम नाल मनाया जा रहा है। इसे नूं लैके 21 मार्च नूं शहीद ऊधम सिंह दे जद्दी पिंड सुनाम विखे किसान जथेबंदियां उगराहां वालों एक वड्डी रैली की जा रही है। इस दीआं तैयारियां लई पिंडां विच मोटरसाइकिल मार्च किए जा रहे हैं। इस तरह अज भारतीय किसान यूनियन उगराहां दे वर्करां वालों पिंड झुंबे तो पिंडां विच दी हुंदे होए बठिंडा तक मोटरसाइकिल मार्च किया गया अते उत्थे जाके ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਅੱਜ ਜੀ ਜੋ 21 ਤਰੀਕ ਨੂੰ ਅਸੀਂ ਭਗਤ ਸਿੰਘ ਸੁਖਦੇਵ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਅਤੇ 23 ਤਰੀਕ ਨੂੰ ਦਿੱਲੀ 'ਚ ਮਨਾ ਰਹੇ ਹਾਂ, ਉਹਦੀ ਪਿੰਡ ਪਿੰਡ ਪਹਿਲਾਂ ਮੀਟਿੰਗਾਂ ਕੀਤੀਆਂ, ਅੱਜ ਨੌਜਵਾਨਾਂ ਦਾ ਮਾਰਚ ਕੀਤਾ ਅਤੇ ਮਾਰਚ ਕਰਕੇ ਅਸੀਂ ਉੱਥੇ 23 ਤਰੀਕ ਨੂੰ ਲੜਕੜਾ ਮਾਰ ਕੇ ਆਉਣਾ ਦਿੱਲੀ 'ਚ ਅਤੇ ਮੋਦੀ ਦੀ ਬੋਲੀ ਬੰਦ ਕਰਕੇ ਆਉਣੀ ਆ। ਜਿਹੜੇ ਨਕੀਏ ਕਹਿੰਦੇ ਆ ਕਿਸਾਨ ਜਿਹੜੇ ਨੌਜਵਾਨ ਆ ਸਾਡੇ ਨਾਲ ਆ, ਅਸੀਂ ਦੱਸਣਾ ਚਾਹੁੰਦੇ ਹਾਂ ਉੱਥੇ ਦਿੱਲੀ ਜਾ ਕੇ 23 ਤਰੀਕ ਨੂੰ ਅਤੇ 21 ਨੂੰ ਸੁਨਾਮ 'ਚ ਇਕੱਠ ਕਰਕੇ ਨੌਜਵਾਨਾਂ ਦੇ ਹੱਡੀਆਂ ਧੀਆਂ ਦਾ ਇਕੱਠ ਕਰਕੇ ਲੜਕੜਾ ਮਾਰ ਕੇ ਆਵਾਂਗੇ। ਅਸੀਂ ਕਹਾਂਗੇ ਕਿ ਭਗਤ ਸਿੰਘ ਦੇ ਵਾਰਸਾ ਜਿਹੜੇ ਉਹ ਆ ਬੈਠੇ ਆ, ਜਿਹੜੇ ਕਹਿੰਦੇ ਆ ਨੌਜਵਾਨ ਸਾਡੇ ਨਾਲ ਆ, ਅਸੀਂ ਕਹਾਂਗੇ ਕਿਸਾਨ ਆ ਜਿਹੜੇ ਨਾਲ ਆ ਕਿਸਾਨਾਂ ਦੇ ਨੌਜਵਾਨ ਵਰਗ ਆ, ਭਗਤ ਸਿੰਘ ਦੇ ਵਾਰਸਾ ਜਿਹੜੇ ਆ ਬੈਠੇ ਖੱਟੀਆਂ ਪੱਗਾਂ ਬੰਨ ਕੇ ਬਸੰਤੀ ਚੁੰਨੀਆਂ ਬਣ ਕੇ ਸਾਡੀਆਂ ਧੀਆਂ ਬੈਠੀਆਂ। ਇਹ ਜੀ 5 ਪਿੰਡ ਲਾਏ ਅਸੀਂ, 5 ਪਿੰਡਾਂ ਦਾ ਮਲਾਕ ਝੁੰਬੇ ਤੋਂ ਚੱਲੇ ਸੀ, ਬਹਿਮਣ ਅਤੇ ਬਹੰਡੇ ਖਤਮ ਕੀਤਾ ਗਿਆ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ।